ਜੀ ਬਸ ਇਹ ਹੋ ਜਾਣਾ ਮੁੰਡਾ ਨਾ ਉਹਨੂੰ ਇੰਨਾ ਪੁੱਛੋ ਆਪਾਂ ਤਾਂ ਜੇ 2 ਸਾਲ ਦਾ ਜਵਾਕ ਵੀ ਚੱਕ ਲਈਏ ਗੋਤੀ ਹੈ ਨਾ 2 ਮਿੰਟਾਂ ਬਾਅਦ ਬਾਹਾਂ ਟੱਕ ਜਾਂਦੇ ਉਹ ਸਾਲਾ ਖਾਂਦਾ ਕੀ ਆ ਵੀ 25 ਸਾਲ ਦੀ ਕੁੜੀ ਨੂੰ ਡੰਡ ਬੈਠ ਕੇ ਕਿਵੇਂ ਮਾਰਦੇ ਜਾਂਦੇ ਉਹ ਖਾਂਦਾ ਕੀ ਆ ਆਹ ਇਲੂ ਇਲੂ ਤਿੰਨ ਮੁੰਡੇ ਤਾਂ ਉਹ ਤਿੰਨਾਂ ਕੁੜੀਆਂ ਨੂੰ ਲੈ ਕੇ ਪੈ ਗਏ ਤੇ ਕਹਿੰਦਾ ਵੀ ਉਹ ਜਿਹੜੀ ਚੌਥੀ ਕੁੜੀ ਸੀ ਨਾ ਉਹਨੂੰ ਉਹ ਕਹਿੰਦਾ ਵੀ ਮੈਂ ਗਿਆਨੀ ਝਾਲੀ ਬੰਦਾ ਮੇਰਾ ਕਮਰਾ ਵੱਖਰਾ ਕਹਿੰਦਾ ਉਹ ਆ ਕੇ ਮੇਰੇ ਨਾਲ ਪੈ ਗਈ ਕੱਪੜੇ ਲਾ ਕੇ ਓ ਕਮ ਔਨ ਬੇਬੀ ਕਹਿੰਦਾ ਮੈਂ ਉੱਠ ਕੇ ਭੱਜਾ ਉਸ ਬੰਦੇ ਨੇ ਆ ਕੇ ਤੋੜ ਕੇ ਸਾਡਾ ਡੋਰ ਖੜਕਾਇਆ ਵੀ ਮੈਨੂੰ ਬਚਾ ਲਓ ਵੀ ਮੇਰੀ ਆਹ ਹਾਲਤ ਤੇ ਅਸੀਂ ਪਬਲਿਕ ਅਪੀਲ ਲੈਣੀ ਚਾਹਾਂਗੇ ਨੰਬਰ 4 ਕਾਲਰ ਕੀ ਕਹਿਣਾ ਚਾਹੁੰਦੇ ਹੋ ਨੰਬਰ 4 ਕਾਲਰ ਲਾਈਨ ਤੇ ਹੋ ਜੀ ਬਸ ਸਾਹਿਬ ਕੀ ਹਾਲ ਜੀ ਠੀਕ ਆ ਜੀ ਕੀ ਕਹਿਣਾ ਚਾਹੁੰਦੇ ਹੋ ਬੋਲੋ ਹਾਂਜੀ ਬਸ ਸਾਹਿਬ ਗੱਲ ਤੇ ਇਹ ਉਹਦੀ ਵਿਚਾਰੇ ਦੀ ਹੋਣ ਦੀ ਆ ਵੀ ਉਹਦੀ ਘਰ ਦੀ ਕਹਿੰਦਾ ਹੋਰ ਨਾ ਕਬੱਡੀ ਖੇਡਣ ਦੀ ਆ ਤੇ ਉਹ ਕਹਿੰਦਾ ਵੀ ਉਹ ਘਰ ਦੀ ਮੇਰੀ ਮੈਨੂੰ ਸੱਦਦੀ ਕਿਉਂ ਨਹੀਂ ਆ ਤੇ ਇਹਦੇ ਹੋਰ ਹੀ ਕੇ ਬੰਨੇ ਸਟੋਰੀ ਲਈ ਜਾਂਦੇ ਦੋਵੇਂ ਪਿਓ ਪੁੱਤੋਂ ਮਗਰ ਮੇਰ ਸਿੰਘ ਨੂੰ ਤਾਂ ਭੈਣ ਜੀ ਤੁਸੀਂ ਜਾਣਦੇ ਹੋ ਨਾ ਤੁਹਾਡੇ ਫਾਦਰ ਸਾਹਿਬ ਨੇ ਮੈਂ ਗੱਲ ਕੀਤੀ ਜੀ ਮੈਂ ਡਾਇਲੌਗ ਕੀਤਾ ਸੀ ਮੈਂ ਦੱਸਦਾ ਬੜਾ ਇੱਕ ਜਿਹੜਾ ਸੀਨ ਹੋਇਆ ਮੈਂ ਕਿਹਾ ਵੀ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਅਸੀਂ ਤੇ ਬੀਬੀ ਸਟਰਾਂਟੋ ਤੋਂ ਬੋਲ ਰਹੇ ਹਾਂ ਕਹਿੰਦੀ ਹਾਂਜੀ ਮੇਰੇ ਫਾਦਰ ਸਾਹਿਬ ਮੈਂ ਕਿਹਾ ਜੁਗਿੰਦਰ ਬਾਸੀ ਸਰ ਆਪਦੇ ਨਾਲ ਗੱਲ ਕਰਨਗੇ ਕਹਿੰਦੀ ਨਹੀਂ ਨਹੀਂ ਮੈਂ ਸਵੇਰੇ ਕਾਲਜ ਜਾਣਾਗਾ ਤੇ ਮੈਂ ਕਿਹਾ ਮੇਰ ਸਿੰਘ ਤਾਂ ਆਪ ਜੀ ਦੇ ਫਾਦਰ ਆ ਹਾਂ ਕਹਿੰਦੀ ਫਿਰ ਕੀ ਹੋ ਗਿਆ ਮੇਰੇ ਫਾਦਰ ਸਾਹਿਬ ਆ ਤਾਂ ਕਹਿੰਦੇ ਆਖੇ ਮੈਂ ਨਹੀਂ ਗੱਲ ਕਰਨੀ ਕਹਿੰਦੀ ਆਖੇ ਜੋ ਮਰਜ਼ੀ ਹੋਵੇ ਕਹਿੰਦੀ ਮੈਂ ਸਮਝ ਨਹੀਂ ਸਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਲੜਕੀ ਨੂੰ ਫੋਨ ਲਾਇਆ ਸੀਗਾ ਜੀ ਲੜਕੀ ਦੀ ਸਟੇਟਮੈਂਟ ਇਹ ਸੀ ਕਹਿੰਦੇ ਮੇਰੇ ਫਾਦਰ ਸਾਹਿਬ ਆ ਤਾਂ ਫਿਰ ਕੀ ਹੋਇਆ ਕਹਿੰਦੇ ਮੈਂ ਨਹੀਂ ਗੱਲ ਕਰਨੀ ਕਹਿੰਦੇ ਤੁਸੀਂ ਆਸਟ੍ਰੇਲੀਆ ਲੜਕੀ ਨੂੰ ਫੋਨ ਕੀਤਾ ਆ ਆਪਣੀ ਡਿਊਟੀ ਆਫਸ ਨਿਭਾਈ ਤੇ ਲੜਕੀ ਨੇ ਜਵਾਬ ਦਿੱਤਾ ਕਹਿੰਦੀ ਮੇਰੇ ਫਾਦਰ ਜੀ ਹੋਣ ਕਿ ਮੈਂ ਕੀ ਕਰਾਂ ਮੈਂ ਕੀ ਕਰਾਂ ਇਹ ਮਤਲਬ ਕਿ ਲੜਕੀ ਜਿਹੜੀ ਆ ਇਹ ਲੜਕੀ ਆਫੁਦਰੀ ਆ ਮੈਂ ਕਹਿ ਸਕਦਾ ਕਿ ਲੜਕੀ ਸੁਣਦੀ ਨਹੀਂ ਤੁਹਾਡੀ ਲੜਕੀ ਕੇਰ ਸਿੰਘ ਜਾਂ ਮੇਰ ਸਿੰਘ ਤੁਹਾਡਾ ਨਾਂ ਕੀ ਤੁਹਾਡੀ ਲੜਕੀ ਤੁਹਾਡੇ ਨਾਲ ਸੰਪਰਕ ਵਿੱਚ ਹੈ ਤੁਸੀਂ ਪੁੱਛ ਦਿਓ ਕਿ ਲੜਕੀ ਨੇ ਦੂਜਾ ਲੜਕਾ ਲੱਭ ਲਿਆ ਤੁਹਾਨੂੰ ਦੱਸਿਆ ਲੜਕੀ ਨੇ ਸਾਡੇ ਸੰਪਰਕ ਵਿੱਚ ਆ ਠੀਕ ਆ ਕੁੜੀ ਜਦੋਂ ਦੀ ਗਈ ਆ ਉੱਥੇ ਹੀ ਰਹਿੰਦੀ ਆ ਉਹ ਜਿੱਥੇ ਇਹਨਾਂ ਨੇ ਭੇਜੀ ਆ ਰਿਸ਼ਤੇਦਾਰ ਵੀ ਇਹਨਾਂ ਦੇ ਆ ਠੀਕ ਆ ਵੀਰ ਜੀ ਪਰ ਉਹ ਰਿਸ਼ਤੇਦਾਰ ਤਾਂ ਇਹਨਾਂ ਦੇ ਆ ਪਰ ਤੁਹਾਡੇ ਘਰ ਦੀ ਇੱਜ਼ਤ ਰੁਲ ਰਹੀ ਆ ਤੁਸੀਂ ਉਹ ਤਾਂ ਕਹਿ ਸਕਦੇ ਹੋ ਕਿ ਭੈਣੇ ਆਪਾਂ ਇਦਾਂ ਨਹੀਂ ਕਰਨਾ ਵੀ ਜੇ ਜੀਜੇ ਨਾਲ ਨਹੀਂ ਰਹਿਣਾ ਤਾਂ ਤੂੰ ਆਪਣਾ ਕਿਸੇ ਨਾਲ ਇੱਜ਼ਤ ਤਾਂ ਨਾ ਰੋਲ ਹੁਣ ਜੇ ਇਹਨਾਂ ਦੇ ਰਿਸ਼ਤੇਦਾਰ ਆਏ ਤਾਂ ਕੱਲ ਹੋਰ ਆ ਜੂ ਇਹ ਮੁੰਡੇ ਤੋਂ ਬਾਅਦ ਚੋਂ ਆਪਾਂ ਲਾਓ ਕਿਵੇਂ ਕਰਾਂਗੇ ਬਾਈ ਜੀ ਇੱਜ਼ਤ ਦੀ ਗੱਲ ਕੀ ਜਦੋਂ ਹੁਣ ਇਹਨਾਂ ਨੇ ਭੇਜੀ ਆ ਸਾਨੂੰ ਇਹਦੇ ਵਿੱਚ ਕੀ ਪਤਾ ਸੀ ਰਿਸ਼ਤੇਦਾਰ ਇਹਨਾਂ ਦੇ ਹਨਾ ਨਾਲੇ ਰਹੀ ਗੱਲ ਇਹ ਹੁਣ ਇਹ ਬੰਦੇ ਜੇ ਚੱਜ ਦੇ ਹੁੰਦੇ ਤੇ ਉਹ ਕਾਹਤੋਂ ਐਂ ਕਰਦੀ ਚਾਹੁੰਦੇ ਹੋ ਬਸ ਮੈਨੂੰ ਤੇ ਨਾ ਮਤਲਬ ਕਹਿ ਲੋ ਕਿ ਜਿੱਦਾਂ ਮੇਰੀ ਨਾ ਗੁੱਸੇ ਦੇ ਨਾਲ ਜਿਹੜੀ ਹਾਰਟ ਬੀਟ ਆ ਨਾ ਇੰਨੀ ਤੇਜ਼ ਹੋ ਰਹੀ ਆ ਇੱਕ ਨਾ ਪੰਜਾਬੀ ਚ ਕਹਾਵਤ ਆ ਵੀ ਇੱਕ ਹੋਵੇ ਕਮਲਾ ਤੇ ਉਹਨੂੰ ਸਮਝਾਵੇ ਵਿਹੜਾ ਤੇ ਵਿਹੜਾ ਹੋਵੇ ਕਮਲਾ ਤੇ ਉਹਨੂੰ ਸਮਝਾਵੇ ਕਿਹੜਾ ਵਿਹੜਾ ਕਮਲਿਆਂ ਦਾ ਹੈ ਮੈਨੂੰ ਤੇ ਮੇਰਾ ਤੇ ਜੀ ਕਰਨਾ ਕਿ ਮਤਲਬ ਮੈਂ ਕੀ ਹੁਣ ਲਫ਼ਜ਼ ਇੱਥੇ ਬੋਲਾਂ ਵੀ ਪਿਓ ਪੁੱਤ ਦੇ ਨਾ ਕੋਈ ਜੁੱਤੀ ਫੜ ਲਏ ਤੇ ਜਿੱਥੇ ਇਹਨਾਂ ਦੇ ਵੱਜਦੀਆਂ ਉੱਥੇ ਮਾਰੇ ਲਾਂਪੀਓ ਸਰੇਆਮ ਤੁਹਾਡੀ ਕੁੜੀ ਕੀ ਗੁੱਲ ਖਲਾਉਣ ਡਈ ਆ ਟੀਵੀ ਤੇ ਤੁਰ ਫੜੇ ਮੋ ਤੁਹਾਡਾ ਲੱਕ ਦੀ ਲਾਨਤ ਤੁਹਾਡੇ ਦੋਵਾਂ ਦੇ ਪਿਓ ਦੀ ਪੱਗ ਪੈਰਾਂ ਦੇ ਵਿੱਚ ਰੋਲਣ ਡਈ ਆ ਤੁਸੀਂ ਉਹਦੀ ਅਜੇ ਵੀ ਸਪੋਰਟ ਕਰਨ ਡਏ ਸੀ ਲੱਕ ਦੀ ਲਾਨਤ ਆ ਇਹਨਾਂ ਲੋਕਾਂ ਨੂੰ ਪਾਸੀ ਜੀ ਬਹੁਤ ਜ਼ਿਆਦਾ ਗੰਦ ਪੈ ਗਿਆ ਜੀ ਸਾਡੇ ਕੋਲ ਨੀ ਰੋਜ਼ ਤਿਹੜੀਆਂ ਸੁਣਿਆ ਜਾਂਦਾ ਕੀ ਕਰੀਏ ਆਈ ਨੋ ਬਟ ਕੈਨ ਆਈ ਡੂ ਬਾਸੀ ਹੁਣ ਕਿੱਥੇ ਚੱਲ ਜਾਵੇ ਬਾਸੀ ਕਿਹੜੇ ਖੂਚ ਪੈ ਜਾਵੇ ਸੋ ਮੈਂ ਤਾਂ ਰੋਜ਼ਾਨਾ ਇੰਨਾ ਅਪਸੈਟ ਪਰੇਸ਼ਾਨ ਹੋ ਗਿਆ ਰੋਜ਼ਾਨਾ ਹੀ ਸਟੋਰੀਆਂ ਆਉਂਦੀਆਂ ਨੇ ਇੱਕ ਇੱਥੇ ਲੜਕੀ ਆਈ ਆ ਉਹ ਕਹਿੰਦੀ ਮੈਨੂੰ ਇੱਕ ਧਾਰਮਿਕ ਸਥਾਨ ਤੋਂ ਬੰਦਾ ਆਇਆ ਉਹਦਾ ਮੈਨੂੰ ਪਿਆਰ ਪੈ ਗਿਆ ਮੈਂ ਹੈਰਾਨ ਹਾਂ ਪਿਆਰ ਕਿਹੋ ਜਿਹਾ ਨੇ ਜਿਹੜੇ ਕਿ ਤੁਸੀਂ ਜਦ ਮਰਜ਼ੀ ਪੈ ਜਾਂਦੇ ਨੇ ਹਾਂਜੀ ਇਹ ਕਿਹੜਾ ਪਿਆਰ ਆ ਇਹ ਕੀ ਹੋ ਰਿਹਾ ਵਾ ਉਹ ਮੁੰਡਾ ਵਿਚਾਰਾ ਨਿਕਾ ਤਾਂ ਮੂੰਹ ਲੈ ਕੇ ਬੈਠਾ ਚਲੋ ਜੀ ਉਹਨਾਂ ਨੇ ਮੁੰਦੀਆਂ ਪਾਈਆਂ ਜਾਂ ਕੁਛ ਵੀ ਕਰਾਇਆ ਤਾਂ ਡਿਫਰੈਂਟ ਟੌਪਿਕ ਆ ਕਿਉਂਕਿ ਉਹਨਾਂ ਨੇ ਤਾਂ ਆਪਣਾ ਪੂਰਾ ਪ੍ਰੋਪਰਲੀ ਵਿਆਹ ਕੀਤਾ ਜੋ ਵੀ ਕੀਤਾ ਉਹਨਾਂ ਨੇ ਵਿਆਹ ਤੇ ਧੀਆਂ ਵਾਲਿਆਂ ਨੇ ਉਦਾਂ ਵੀ ਕਰਨਾ ਸੀ ਉਹ ਉਹਨਾਂ ਦੇ ਹੋਊਗਾ ਰਿਵਾਜ ਚਲੋ ਉਹਨਾਂ ਨੇ ਕਰ ਲਿਆ ਥੈਂਕ ਯੂ ਸਮ ਜੀ ਥੈਂਕ ਯੂ ਵੀ ਮੈਂ ਨਾ ਤੁਹਾਨੂੰ ਇਹ ਜਿਹੜੀਆਂ ਕੁੜੀਆਂ ਦੀ ਨਾ ਮੈਂ ਤੁਹਾਨੂੰ ਜੇ ਤੱਕ ਤੁਸੀਂ ਮੈਨੂੰ ਇੱਕ ਮਿੰਟ ਦਿਓ ਜਾਂ 30 ਸੈਕਿੰਡ ਮੈਂ ਤੁਹਾਨੂੰ ਗੱਲ ਸੁਣਾਵਾਂ ਜੀ ਗੁਰਦੁਆਰੇ ਦੇ ਨਾ ਆਲੇ ਦੁਆਲੇ ਬੇਸਮੈਂਟ ਲਈ ਆ ਜੀ ਉਹਨੇ ਚਾਰ ਉਹਦੇ ਨਾਲ ਮੁੰਡੇ ਰਹਿੰਦੇ ਆ
गल तो वैसे बड़ी शर्म वाली की करिए पर हम यहोजी गल् बोलनिया पैनिया लान तन कुड़िया जड़िया पेरेंट्स जोड़े करते उन्होंने सपोर्ट ही हट जा मैं ज्ञानी ध्यान बंदा आ वो कहना भी भैन जी चार असी बंदे तीन चार कुड़िया क्या तीन मुंडे तो वह तिना कुड़िया लैके पै गए कहता भी वो जी चौथी कुड़ी थी ना वो कहता भी मैं ज्ञानी ध्यानी बंदा मेरा कमरा वखरा कहता वह आके मेरे नाल पै गई कपड़े ला के Oh, come on, baby. ਕਹਿੰਦਾ ਮੈਂ ਉੱਠ ਕੇ ਭੱਜਾ ਉਸ ਬੰਦੇ ਨੇ ਆ ਕੇ ਦੌੜ ਕੇ ਸਾਡਾ ਡੋਰ ਖੜਕਾਇਆ ਵੀ ਮੈਨੂੰ ਬਚਾ ਲਓ ਵੀ ਮੇਰੀ ਆਹ ਹਾਲਤ ਤੇ ਕਿਉਂਕਿ ਮੈਂ ਤੇ ਬਹੁਤ ਗਰੀਬ ਬੰਦਾ ਮੈਂ ਤੇ ਡਰਦਾ ਕਿਤੇ ਮੇਰੇ ਤੇ ਮੁੜ ਕੇ ਕੱਲ ਨੂੰ ਕੋਈ ਕੇਸ ਕੂਸ ਨਾ ਹੋ ਜੇ ਆਹ ਹਾਲਤ ਦੇ ਇਹਨਾਂ ਕੁੜੀਆਂ ਦੀ ਓ ਮਾਈ ਗੋਡ ਆਈ ਕੈਨਟ ਸਰਵਾਈਵ ਇਸ ਕੰਟਰੀ ਚ ਉਹ ਲਾਂਪੀਏ ਇਹ ਇਹਨਾਂ ਦੀਆਂ ਸਪੋਰਟ ਕਰਨ ਦੇ ਆ ਕਿ ਮੇਰਾ ਭਰਾ ਦੇਖੋ ਕਿਦਾਂ ਬੋਲਣ ਦੇ ਮੈਂ ਤੇ ਇਹ ਸਮਝ ਜਾਂਦੀ ਸਾਡੇ ਭਰਾ ਦੇ ਸਿਰ ਤੇ ਚੁੰਨੀ ਨਹੀਂ ਲਾਉਣ ਦਿੰਦੇ ਚਲੋ ਉਹ ਤੇ ਜ਼ਮਾਨਾ ਹੁਣ ਚਲਾ ਗਿਆ ਉਹ ਤੇ ਮੈਂ ਥੈਂਕ ਯੂ ਸੋ ਮਚ ਭੈਣ ਜੀ ਅਸੀਂ ਪ੍ਰੋਸੀਡ ਕਰ ਨੈਕਸਟ ਸੈਗਮੈਂਟ ਆਪਣਾ ਮੇਰੇ ਬਿਲਕੁਲ ਜੀ ਨਰਮਲ ਨੂੰ ਨਰਮਲ ਜੀ ਨੂੰ ਡਾਇਲ ਅਸੀਂ ਕਰ ਰਹੇ ਹਾਂ ਉਰਾ ਡਾਟ ਸੋਲੂਸ਼ਨ ਤੋਂ ਪਰ ਜਿਹੜੀ ਗੱਲ ਭੈਣ ਜੀ ਕਹਿ ਕੇ ਗਏ ਆ ਕਿ ਇਹ ਭਰਾ ਜਾਂ ਉਹਦਾ ਪਿਓ ਕਿਸ ਤਰ੍ਹਾਂ ਸਪੋਰਟ ਕਰ ਰਹੇ ਆ ਇਹਦੇ ਵਿੱਚ ਅੱਗੇ ਪਿੱਛੇ ਜੇ ਸਾਡੇ ਕੋਲੇ ਇੱਕ ਸਟੋਰੀ ਆਈ ਸੀ ਉਹਦੇ ਘਰ ਦੇ ਕਹਿੰਦੇ ਭਾਈ ਸਾਡੀ ਕੁੜੀ ਸਾਨੂੰ ਕਹਿੰਦੀ ਆ ਵੀ ਜਾਂ ਤਾਂ ਫਿਰ ਤੁਸੀਂ 20 25 ਲੱਖ ਮੁੰਡੇ ਵਾਲਿਆਂ ਨੂੰ ਦੇ ਦਿਓ ਨਹੀਂ ਫਿਰ ਜਾਂ ਮੇਰੇ ਅਕੋਰਡਿੰਗਲੀ ਚੱਲ ਲਓ ਮੈਂ ਹੈਂਡਲ ਕਰ ਲੂੰਗੀ ਸੋ ਇਹੋ ਜੀ ਗੱਲ ਵੀ ਕਸੂਤੀ ਹੋ ਜਾਂਦੀ ਕਿਹਦੀ ਨੋਵਲ ਫ੍ਰੈਸ਼ ਫੂਡ ਦਾ ਨੰਬਰ ਨੋਟ ਕਰ ਲਓ ਇੰਡੀਆ ਦੀ ਦਾਨਦਰ ਖੰਡ ਨੋਵਲ ਫ੍ਰੈਸ਼ ਫੂਡ ਵਾਲੇ $20 ਦੇ ਵਿੱਚ 33 ਪਾਉਂਡ ਦੇ ਰਹੇ ਨੇ ਅਤੇ 400 ਨੂੰ ਆਟਾ ਅਤੇ ਥੋੜੀ ਸੀ ਵਿੱਚ ਕੇ ਜਿਹੜਾ ਹੈ 17.99 ਸੈਂਟ ਨੂੰ ਅਤੇ ਸਾਰੇ ਦਾਲ 2.99 ਵੇਚ ਰਿਹਾ ਹੈ ਨੋਵਲ ਫ੍ਰੈਸ਼ ਫੂਡ ਅਤੇ 200 ਆਈਟਮਾਂ ਸੇਲ ਤੇ ਲੱਗੇ ਹੋਏ ਨੇ ਨੰਬਰ 5 ਲੱਕੀ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਸਰ ਜੀ ਪ੍ਰੋਸੀਡ ਕਰੋ ਆਪਣੇ ਆਪ ਨੂੰ ਸਰ ਮੁੰਡਾ ਬਿਲਕੁਲ ਹੀ ਰਾਈਟ ਆ ਜੀ ਉਹਦੇ ਕੋਲ ਕਨਵਰਸੇਸ਼ਨ ਸਹੀ ਨਹੀਂ ਹੋ ਰਹੀ ਤੇ ਜਿਹੜੇ ਗਰਲਸ ਫੈਮਿਲੀ ਆ ਇਹ ਬਿਲਕੁਲ ਹੀ ਲਾਵੇ ਸਾਰੇ ਜਿਹੜੇ ਬੋਲ ਰਹੇ ਆ ਜੀ ਸਪੋਰਟ ਸਰ ਕੌਣ ਕਰਦਾ ਆਪਣੀ ਗਰਲ ਦੀ ਜੇ ਬੰਦਾ ਜਿੰਨਾ ਮਰਜ਼ੀ ਰਹੋਗੇ ਉਹਦੇ ਉਹ ਮੁੰਡਾ ਬਿਲਕੁਲ ਰਾਈਟ ਆ ਸਰ ਉਹਦੀ ਸਪੋਰਟ ਕਰੋ ਤੁਸੀਂ ਪਲੀਜ਼ ਨੰਬਰ 6 ਕਾਲਰ ਪਲੀਜ਼ ਅਸੀਂ ਉਰਾ ਡੈਪਸਿਸ ਨੂੰ ਜੁੜ ਰਹੇ ਜਿਹੜੇ ਕਿ ਤੁਹਾਡਾ ਕਰਜ਼ਾ ਮਾਫ ਕਰਾ ਰਹੇ ਨੇ ਅਤੇ ਆਪਣੀ ਫੀਸ ਬਾਅਦ ਵਿੱਚ ਚਾਰਜ ਕਰ ਦੇਣੇ 888-888-9894 ਤੁਸੀਂ ਕਾਲ ਕਰ ਸਕਦੇ ਹੋ ਨੰਬਰ 6 ਕਾਲ ਪਲੀਜ਼ ਹਾਂਜੀ ਗੁੱਡ ਮਾਰਨਿੰਗ ਬਾਸੀ ਸਾਹਿਬ ਜੀ ਬਾਸੀ ਸਾਹਿਬ ਜੀ ਦੇਖੋ ਗੱਲ ਹੈਗੀ ਹੈ ਜੀ ਇੱਦਾਂ ਜਿਹੜੀ ਕੁੜੀ ਆ ਨਾ ਜੀ ਆਪਾਂ ਕੁੜੀ ਨੂੰ ਗਲਤ ਤਾਂ ਆਪਾਂ ਕਹੀ ਜਾਂਦੇ ਪਰ ਐਕਚੁਅਲੀ ਜਿਹੜੀ ਸਹੀ ਗੱਲ ਆ ਕੁੜੀ ਹੈਗੀ ਜੀ ਫੁੱਲਿਆਂ ਦੀ ਸ਼ਕੀਨ ਠੀਕ ਹੈ ਜੀ ਆਹ ਦੇਖ ਲਓ ਐਕਸਕਿਊਜ਼ ਮੀ ਪਲੀਜ਼ ਸਟਾਪ ਦਿਸ ਨੌਨਸੈਂਸ ਆਈ ਐਮ ਸੌਰੀ ਕਿ ਕਾਲਰਸ ਥੋੜੇ ਜਿਹੇ ਆਪਣੇ ਸੰਕੋਚ ਕਰੋ ਸੋ ਸਾਹਿਬ ਮੈਂ ਤੁਹਾਨੂੰ ਬਹੁਤ ਵਾਰੀ ਬੇਨਤੀ ਕਰ ਚੁੱਕਾ ਕਿ ਪਲੀਜ਼ ਪੇ ਪ੍ਰਿਕਾਸ਼ਨ ਕਿਉਂਕਿ ਫੈਮਿਲੀ ਸ਼ੋਅ ਦੇ ਵਿੱਚ ਇਹੋ ਜਿਹੇ ਸ਼ਬਦਾਂ ਨੂੰ ਵਰਤੋਂ ਵਿੱਚ ਲਿਆਉਣਾ ਅਸੀਂ ਇਹ ਅਲਾਉ ਨਹੀਂ ਕਰਾਂਗੇ ਨੰਬਰ 4 ਕਾਲਰ ਪਲੀਜ਼ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਕਹਿਣਾ ਚਾਹੁੰਦੇ ਬੇਟਾ ਪੈਸਾ ਰਹਿ ਗਿਆ ਜੀ ਸਾਰਾ ਕੁਝ ਹੁਣ ਅੱਜ ਕੱਲ ਤਾਂ ਪਿੰਡ ਕਿੰਨਾ ਜਵਾਨਾ ਕਿਹੋ ਜਿਹਾ ਆ ਗਿਆ ਇਹ ਕਿਹੋ ਜਿਹਾ ਦੇਸ਼ ਆ ਗਿਆ ਬਹੁਤ ਲੋਕ ਵੇਖੇ ਨੇ ਮੈਂ ਗਿਰਦੇ ਆਪਣੀ ਨਜ਼ਰਾਂ 'ਚ ਜਿਹੜਾ ਪੈਸਾ ਹੀ ਪੈਸਾ ਕਰਦੇ ਨੇ ਤੇ ਮੈਨੂੰ ਇੰਨੀ ਨਫ਼ਰਤ ਹੈ ਉਹ ਲੋਕਾਂ ਨਾਲ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਆਓ ਤੁਸੀਂ ਇੱਕ ਚੰਗਾ ਰਸਤਾ ਲੱਭ ਰਹੇ ਹੋ ਤੇ ਤੁਹਾਡੇ ਸੇਵ ਵਿੱਚ ਰਿਸ਼ਤਾ ਡਿਪੂ ਦੇ ਕੋਲ ਨਿੱਕਾ ਹੀ ਰਿਸ਼ਤੇ ਨੇ ਨੰਬਰ ਹੈ 9585811186 ਤੇ ਕਾਲ ਕਰ ਸਕਦੇ ਹੋ ਉਰਾ ਡੈਪਸਿਸ਼ਨ ਦਾ ਨੰਬਰ ਅਸੀਂ ਦੱਸ ਦਈਏ ਬਹੁਤ ਜਲਦੀ 888-888-9914 ਔਰ ਤੁਸੀਂ ਖਾਣਾ ਖਾਣ ਲਈ ਸਵੀਟ ਵੇਲੇ ਸੁੱਖਾ ਜੀ ਮੱਕੀ ਦੀ ਰੋਟੀਆਂ ਸਰੋਂ ਦਾ ਸਾਗ ਮੱਖਣੀ ਲੱਸੀ ਜਿਹੜਾ ਹੈ ਉਹ ਤੁਸੀਂ ਲੈ ਸਕਦੇ ਹੋ ਸੋ ਇੱਕ ਨਾਮ ਉਰਾ ਡੈਪਸਿਸ਼ਨ ਜੋ ਕਿ ਤੁਹਾਡੇ ਸੇਵ ਵਿੱਚ ਕਰਜ਼ਾ ਮਾਫ਼ ਕਰਦਾ ਹੈ ਤੁਹਾਡੇ ਕੋਲੋਂ ਫੀਸ ਨਹੀਂ ਚਾਰਜ ਕਰਦਾ ਜਦੋਂ ਚਿੱਠੀ ਆਉਂਦੀ ਕਰਜ਼ਾ ਮਾਫ਼ ਹੋ ਗਿਆ ਤੁਸੀਂ ਆਪ ਕਾਲ ਕਰਦੇ ਹੋ ਕਿ ਸਾਨੂੰ ਦੱਸੋ ਕਿ ਤੁਹਾਨੂੰ ਅਸੀਂ ਕਿਵੇਂ ਆਪਣੇ ਪੈਸੇ ਪਹੁੰਚਾਈਏ ਤੁਹਾਡਾ ਕੀਤੇ ਹੋਏ ਕੰਮ ਦੇ ਓ ਯੈਸ ਲੋਕਾਂ ਦੀ ਪਹਿਲੀ ਪਸੰਦ ਕਰਜ਼ਾ ਮਾਫ਼ ਕਰਾਉਣ ਲਈ ਉਰਾ ਡੈਪਸਿਸ਼ਨ ਓ ਮਾਈ ਗਾਡ ਮੇਰੇ ਲਾਈਨ ਤੇ ਵੀ ਆ ਚੁੱਕੇ ਨੇ ਨਵਰ ਜੀ ਵੈਲਕਮ ਟੂ ਸ਼ੋ ਥੈਂਕ ਯੂ ਬਸਰ ਥੈਂਕ ਯੂ ਸਾਰੇ ਸਾਰੇ ਦੇਖਣ ਸੋ ਰਹੇ ਮੇਰੀ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ ਆਮ ਸੋ ਟਾਇਰਡ ਨਰਮਲ ਜੀ ਅੱਜ ਲੋਕਾਂ ਨੇ ਸਟੋਰੀਆਂ ਪੇਸ਼ ਕਰ ਕਰਕੇ ਮੇਰਾ ਦਿਮਾਗ ਪਾਗਲ ਹੋ ਗਿਆ ਜੀ ਅੱਛਾ ਓ ਮਾਈ ਗਾਡ ਟੇਕ ਮੀ ਟੂ ਮੈਂਟਲ ਹਸਪੀਟਲ ਸੋ ਯਾ ਯੂ ਹੈਵ ਟੂ ਡ੍ਰੌਪ ਮੀ ਦੇਅਰ ਪਲੀਜ਼ ਕੁਇਕ ਸੋ ਆਓ ਨੰਬਰ 4 ਕਾਲਰ ਪਲੀਜ਼ ਬੋਲੋ ਹਾਂ ਜੀ ਬੋਲਦਾ ਮੈਂ ਬੋਲਿਆ ਕਰੋ ਕਮ ਆਨ ਮੈਂ ਕਿਹਾ ਸਾਡੇ ਪੰਜ ਚਿੱਠਾ ਖੂਹ ਆਇਆ ਕੋ ਹਾਂਜੀ ਉੱਥੇ ਪੇ ਪੁੱਤ ਸਿਰ ਦਿਓ ਵਿੱਚੇ ਤਾਂ ਵਿੱਚੇ ਡੱਪਾ ਤੂੰ ਤਾਂ ਮੈਂ ਤਾਂ ਰੋਟੀ ਖਾਣ ਤੋਂ ਭੁੱਖਾ ਬੈਠਾ ਸੋ ਸੋ ਦੇਖੀ ਜਾਣਾ ਮੈਂ ਡੱਪ ਮੱਚ ਕੀ ਕਰੀਏ ਯਾਰ ਰੋਟੀ ਨੀ ਖਾ ਹੁੰਦੀ ਜਿੰਨਾ ਚਿਰ ਸ਼ੋਅ ਫਿਨਿਸ਼ ਨਹੀਂ ਹੁੰਦਾ ਨਹੀਂ ਨਹੀਂ ਤੁਸੀਂ ਮੈਨੂੰ ਚਾਹੁੰਦੇ ਮੈਂ ਟਿੱਠੇ ਖੂਹ ਚੱਲ ਜਾਵਾਂ ਨਹੀਂ ਤੂੰ ਨਹੀਂ ਜਾਣਾ ਤੂੰ ਤਾਂ ਇੱਥੇ ਸਦਾ ਰਹਿ ਤੁਸੀਂ ਮੈਨੂੰ ਕਹਿ ਰਹੇ ਮੈਂ ਟਿੱਠੇ ਖੂਹ ਚੱਲ ਜਾਵਾਂ ਓ ਮਾਈ ਗੋਡ ਕਮ ਔਨ ਬੇਬੀ ਮੈਂ ਭੁੱਖਾ ਬੈਠਾ ਮੈਂ ਸ਼ੋਅ ਦੇਖੀ ਜਾਂਦਾ ਜਿੰਨਾ ਚਿਰ ਮੌਤ ਪੈਣੀ ਤੁਸੀਂ ਖਾ ਲਓ ਰੋਟੀ ਤੁਸੀਂ ਖਾਓ ਰੋਟੀ ਤੁਸੀਂ ਇੰਜੋਏ ਕਰੋ ਨਾ ਰੋਟੀ ਦਾ ਮੈਂ ਤਾਂ ਤੁਹਾਨੂੰ ਕਹਿੰਦਾ ਵਾਚ ਕਰੋ ਪ੍ਰੋਮ ਮੈਨੂੰ ਇਹ ਮਤਲਬ ਤੁਹਾਨੂੰ ਮਤਲਬ ਤੁਸੀਂ ਜਿੰਨੇ ਚਿਰ ਖਾਤਰੇ ਨਾ ਚਿਰ ਤੁਸੀਂ ਸ਼ੋ ਰੋਟੀ ਨਹੀਂ ਖਾ ਸਕਦੇ ਨਹੀਂ ਖਾ ਸਕਦੇ ਕਾਰਨ ਕੀ ਆ ਕਾਰਨ ਕੀ ਆ ਕਿ ਮੈਂ ਮੈਨੂੰ ਅਡਿਕਸ਼ਨ ਹੋ ਗਈ ਸ਼ੋ ਦੀ ਓਕੇ ਸੋ ਵਾਚ ਡੋਨਟ ਵਾਚ ਦਿਸ ਸ਼ੋ ਵਾਚ ਐਟ ਯੂਰ ਰਿਸਕ ਤੁਸੀਂ ਆਪਣੇ ਰਿਸਕ ਤੇ ਇਸ ਨੂੰ ਸ਼ੋ ਨੂੰ ਵਾਚ ਕਰੋ
नहीं पर मैं रिस्क नहीं लेंदा जाने के मैं कहना भी ये बंदे जेड़े किदां दे इत्थे इकट्ठे कीते आ जाने के जेड़े अपने देखो आ मुंडा जेड़ा आया ओ दूसरी जेड़े ब्याह होया ओदी वाइफ नु किवें जेड़े प्यार दी पिंगा चढ़ा रहा है पिंगा चढ़ाउंदा कहंदा भी आप पट्टा च लेके एक बैठका करदा शर्म इन्हें लुकन चाहिए इस कुड़ी नु ते इस आप आप मां जेड़ा पेपत बोलदा इन्हां नु शर्म पक्की चाहिदी है इन्हां नु केड़े खुश छटकेगे आई डोंट नो ओ साडे पिंड दा हैगा इक ठाकू झूठे दे रहा है मुंडिया कैलिफोर्निया बेरिया यूनिवर्सिटी तो बासी साहब जिहड़े हैगे ना लड़की वाले ये बेअणखे आ इन्हां नूं कोई अणखुख नहीं कोई कुड़ी इन्हां लड़कियां दी आवाजां वजाई जांदियां मुंडे दा इन्हां नूं कोई अणख नहीं हैगी मुंडे दा प्यो अपने मुंदरां दा मुंदरियां दा विच झिड़ ठोके बह गया वा हैना लड़का उहदा जिहड़ा फादर वा अपना ठोके बह गया इह बेरोंग ने माफी साहब लांच पाओ सारे इन्हां नूं कोई अणख ना इन्हां नूं कोई मतलब नहीं हैगा इन्हां नूं इह अपनी लड़की नूं समझा रहे तू हरपाल तुसीं लाइन ते हो नंबर 2 कॉलर हेलो हां जी शर्म हैदा पढ़दा जिहड़ा है सब कुछ लिख चुका साडे समाज दे विच मनण वाला गल आ इह कुछ को कलैणियां ने इह किथे होर कलैणी आ उहदा पेस सुंडियां मारदा आ ते इत्थे आप सॉरी एक मिनट ओह देख लो तुसीं कह रहे थे उहदा ब्रदर कह रहा ते तुसीं सानू कहा कि उहदे को भेजो तुसीं भेजदी दा मतलब इह थोड़ी वी तुसीं ओह जाके उत्थे जत्तियां पाऊगी उहदे नाल उहनूं नहीं पता उहदा हसबैंड इंडिया बैठा आई डोंट नो नहीं पता वी तुसीं अपनी भैण जां कुड़ी उत्थे भेजी है इहनां लोकां नूं शर्म नहीं हैगी नंबर 6 कॉलर गो अहेड प्लीज ਤੁਸੀਂ ਲਾਈਨ ਤੇ ਸਰ ਹਾਂ ਜੀ ਬਸ ਸਾਹਿਬ ਇਹ ਹੋ ਜਿਹੜਾ ਮੁੰਡਾ ਨਾ ਉਹਨੂੰ ਇੰਨਾ ਪੁੱਛੋ ਆਪਾਂ ਤਾਂ ਜੇ 2 ਸਾਲ ਦਾ ਜਵਾਕ ਵੀ ਚੱਕ ਲਈਏ ਗੋਲਦੀ ਹੈ ਨਾ 2 ਮਿੰਟਾਂ ਬਾਅਦ ਬਾਹਰ ਟੱਕ ਜਾਂਦੇ ਉਹ ਸਾਲਾ ਖਾਂਦਾ ਕੀ ਆ ਵੀ 25 ਸਾਲ ਦੀ ਕੁੜੀ ਨੂੰ ਡੰਡ ਬੈਠ ਕੇ ਕਿਵੇਂ ਮਾਰਦਾ ਚਾਹੀਦਾ ਉਹ ਖਾਂਦਾ ਕੀ ਆ ਆਹ ਇਲੂ ਇਲੂ ਬਾਈ ਨਾਓ ਸੋ ਹਾਂ ਇਲੂ ਇਲੂ ਲਿਆਓ ਅਤੇ ਆਪਣੀ ਜ਼ਿੰਦਗੀ ਵਿੱਚ ਤੁਸੀਂ ਪਿਆਰ ਦੀਆਂ ਪਿੰਗਾ ਚਟਾਓ ਜਿਸ ਤਰ੍ਹਾਂ ਆਹ ਦੇਖੋ ਕਾਰਨ ਇਹ ਇਲੂ ਇਲੂ ਕਈ ਖਾ ਚੁੱਕਾ ਇਹਨੂੰ ਖਾਣਾ ਚਾਹੀਦਾ ਸੀ ਇੱਕ ਹਟਦਾ ਹੀ ਨਹੀਂ ਆਇਆ ਸੋ ਇਲੂ ਇਲੂ ਏਅਰਪੋਰਟ ਸੈਂਟਰਬੋਰਡ ਦੇ ਕੋਲ ਕਨਵੀਨੀਅੰਸ ਸਟੋਰ ਤੋਂ ਮਿਲ ਸਕਦਾ ਹੈ ਅਤੇ ਮਾਲਟਨ ਦੇ ਵਿੱਚ ਇੱਕ ਸਟੋਰ ਹੈ ਰੈਸਟੋਰੈਂਟ ਹੈ ਉਹਦਾ ਨਾਮ ਹੈ ਜਗੀਰਾ ਜੀ ਦਾ ਪੰਜਾਬੀ ਢਾਬਾ ਜਿਹਨੂੰ ਲੜਕੇ ਲੜਕੇ ਕੰਮ ਤੇ ਜਾਈਦੇ ਨੇ ਉੱਥੇ ਲੈ ਸਕਦੇ ਹੋ ਅਤੇ ਇਹ ਗੋਰ ਅਤੇ ਬਨੇਜ਼ਰ ਤੋਂ ਮੂਵੀ ਟਾਈਮ ਪਲਾਜ਼ਾ ਤੋਂ ਲੈ ਸਕਦੇ ਹਾਂਜੀ ਸਰ ਹਾਂਜੀ ਬੜੀ ਮੈਂ ਅੱਗੇ ਲੈ ਰਹੇ ਹਾਂ ਵੀਰ ਸੌਰੀ ਫਾਰ ਦੈਟ ਔਰ ਤੁਸੀਂ ਪੁਲਿਸ ਨੂੰ ਕੇਸ ਤੇ ਤੁਹਾਡੀ ਹੈਲਪ ਕਰਾਂਗੇ ਧੰਨਵਾਦ